ਸਤਿ ਸ਼੍ਰੀ ਅਕਾਲ ਜੀ, ਸਾਈਂ ਐਂਟਰਟੇਨਮੈਂਟ USA ਤੇ ਤੁਹਾਡੀ ਆਪਣੀ ਪ੍ਰਿਆ ਲਖਨਪਾਲ। ਦੋਸਤੋ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਅਸੀਂ ਬੜੇ ਹੀ ਕ੍ਰਿਟੀਕਲ ਕੰਡੀਸ਼ਨ ਚੋਂ ਨਿਕਲ ਰਹੇ ਹਾਂ। ਇਹਨੂੰ ਕੁਦਰਤ ਦਾ ਕਹਿਰ ਕਹੀਏ ਜਾਂ ਇਹ ਕਹੀਏ ਕਿ ਕੁਦਰਤ ਨੇ ਰਹਿਮ ਕੀਤਾ ਇਨਸਾਨ ਤੇ, ਸਾਨੂੰ ਮੌਕਾ ਦਿੱਤਾ ਆਪਣੀਆਂ ਭੁੱਲਾਂ ਨੂੰ ਬਖਸ਼ਾਉਣ ਦਾ। ਮਾਫੀ ਚਾਹੂੰਗੀ ਦੋਸਤੋ, ਬਟ ਅੱਜ ਦੀ ਡੇਟ ਦੇ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਸੀ। ਉਹਨੂੰ ਲੱਗਣ ਲੱਗ ਗਿਆ ਸੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਜਨਮ ਦੇ ਸਕਦਾ ਤੇ ਜਿਹਨੂੰ ਮਰਜ਼ੀ ਮੌਤ ਦੇ ਘਾਟ ਉਤਾਰ ਸਕਦਾ। ਬਟ ਉਹ ਭੁੱਲ ਗਿਆ ਸੀ ਕਿ ਸਾਨੂੰ ਜਨਮ ਦੇਣ ਵਾਲਾ ਉਹ ਅਕਾਲ ਪੁਰਖ, ਉਹ ਪਰਮਾਤਮਾ ਕਰਤਾ ਧਰਤਾ, ਅਸੀਂ ਕਰਜ਼ਦਾਰ ਹਾਂ ਉਹਦੇ। ਸਾਡਾ ਇੱਕ ਇੱਕ ਸਾਹ ਕਰਜ਼ਾਈ ਹੈ ਉਸਦਾ। ਸੋ ਉਹਨੇ ਅਜੇ ਵੀ ਸਾਨੂੰ ਮੌਕਾ ਦਿੱਤਾ, ਉਹਨੇ ਅਲਰਟ ਕੀਤਾ ਕਿ ਅਜੇ ਵੀ ਸੁਧਰ ਜਾਓ। ਇਹ ਜਿਹੜੀ ਸ੍ਰਿਸ਼ਟੀ ਉਹਨੇ ਰਚੀ ਹੈ, ਇਹ ਕੁਦਰਤ ਜਿਹੜੀ ਬਣਾਈ ਹੈ, ਸਾਨੂੰ ਕੋਈ ਹੱਕ ਨਹੀਂ ਬਣਦਾ ਉਸ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਨਾਲ ਖਿਲਵਾੜ ਕਰਨ ਦਾ। ਉਹ ਪਸ਼ੂ ਪਕਸ਼ੀਆਂ ਨੂੰ ਮਾਰਨ ਦਾ, ਇਨਸਾਨਾਂ ਨੂੰ ਖਤਮ ਕਰਨ ਦਾ ਸਾਡਾ ਕੋਈ ਹੱਕ ਨਹੀਂ ਬਣਦਾ। ਅੱਜ ਅਸੀਂ ਇੰਨਾ ਪੈਸਾ ਕਮਾ ਲਿਆ ਕਿ ਅੱਜ ਅਸੀਂ ਆਪਣੀ ਜਾਨ ਖਰੀਦ ਸਕਦੇ ਹਾਂ, ਕਿ ਅਸੀਂ ਆਪਣੇ ਸਾਹ ਖਰੀਦ ਸਕਦੇ ਹਾਂ। ਅਸੀਂ ਐਡੀਆਂ ਵੱਡੀਆਂ ਕੋਠੀਆਂ 'ਚ ਬੈਠ ਕੇ, ਪਰ ਦੇਖੋ ਉਸ ਪਰਮਾਤਮਾ ਦੀ ਕਰਨੀ ਕਿ ਉਹਨੇ ਸਾਨੂੰ ਇੱਕ ਕਮਰੇ 'ਚ ਬੰਦ ਕਰਕੇ ਰੱਖਤਾ। ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਬਣਾਈਆਂ ਹੋਈਆਂ ਕੋਠੀਆਂ ਤੋਂ ਬਾਹਰ ਨਹੀਂ ਆ ਸਕਦੇ, ਅਸੀਂ ਖੁੱਲ੍ਹੀ ਹਵਾ 'ਚ ਸਾਹ ਨਹੀਂ ਲੈ ਸਕਦੇ। ਫਿਰ ਦੋਸਤੋ, ਕਾਹਦੀ ਹੈ ਅਮੀਰੀ ਗਰੀਬੀ? ਅੱਜ ਦੀ ਡੇਟ ਦੇ ਵਿੱਚ ਪਰਮਾਤਮਾ ਨੇ ਹਰ ਛੋਟੇ ਵੱਡੇ ਨੂੰ ਇੱਕੋ ਹੀ ਲੈਵਲ 'ਤੇ ਲਿਆ ਕੇ ਖੜਾ ਕਰ ਦਿੱਤਾ। ਅਜੇ ਵੀ ਸਮਝਣ ਦੀ ਜ਼ਰੂਰਤ ਹੈ। ਇਹ ਜਿਹੜੀ ਬਿਮਾਰੀ ਆਈ ਹੈ, ਇਹਨੇ ਚਲੇ ਜਾਣਾ, ਇਹ ਤਾਂ ਪਰਮਾਤਮਾ ਨੇ ਸਾਨੂੰ ਇਸ ਬਿਮਾਰੀ ਦੇ ਜ਼ਰੀਏ ਅਲਰਟ ਕੀਤਾ। ਸੋ ਸਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਇੱਕ ਦੂਜੇ ਦੇ ਵੈਰੀ ਨਾ ਬਣੀਏ, ਦੋਸਤ ਬਣੀਏ। ਇਹ ਪੈਸਾ, ਇਹ ਸਾਰੀਆਂ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ। ਸੋ ਇੱਕ ਦੂਜੇ ਦੇ ਸਾਥ ਦੀ ਜ਼ਰੂਰਤ ਹੈ, ਇੱਕ ਦੂਜੇ ਦੇ ਪਿਆਰ ਦੀ ਜ਼ਰੂਰਤ ਹੈ। ਦੋਸਤੋ, ਇਹ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਰਮਾਤਮਾ ਤੋਂ ਵੱਡੀ ਤਾਕਤ, ਵੱਡੀ ਸ਼ਕਤੀ ਹੋਰ ਕੋਈ ਨਹੀਂ। ਔਰ ਅੱਜ ਪਰਮਾਤਮਾ ਨੇ ਇਹ ਕਰਕੇ ਦਿਖਾਤਾ ਕਿ ਮੈਂ ਸਭ ਕੁਛ ਹਾਂ, ਮੈਂ ਜਦੋਂ ਮਰਜ਼ੀ ਚਾਹੇ ਤੁਹਾਡੇ ਤੋਂ ਤੁਹਾਡਾ ਕੁਛ ਵੀ ਖੋ ਸਕਦਾ। ਸੋ ਪੈਸੇ ਨੂੰ ਵੱਡਾ ਨਾ ਮੰਨ ਕੇ, ਉਸ ਅਕਾਲ ਪੁਰਖ, ਉਸ ਪਰਮਾਤਮਾ ਨੂੰ ਵੱਡਾ ਮੰਨ ਕੇ ਇੱਕ ਦੂਜੇ ਦਾ ਨਾਲ ਪਿਆਰ ਦੇ ਨਾਲ ਰਹੀਏ, ਇੱਕ ਦੂਜੇ ਦੀਆਂ ਫੀਲਿੰਗਸ ਦੀ ਕਦਰ ਕਰੀਏ। ਥੈਂਕ ਯੂ ਸੋ ਮਚ।